और डॉक्टर का खोजना पर डॉक्टर का फर्ज नहीं बनता जी एनसीओ वाले पूछना हर टाइम आखो ब्लड देखो आखो हाल देखो मेरे भरा दे देखो कि लाशा पाइया देखो एक कि गड्डी च लम्मे बह के बह गई लाशा पाइया किन्ने दस तो दिता भाई दरेश ढाल के मुंडे ने दरेश ढाल ने आप ओदी सिक्योरिटी गार्ड ओदे बाउंसर सारे को तुम दस दिता आम आदमी सरकार भगवंत मान गुंडा करती नहीं चलेगी गुंडा करती नहीं चलेगी। मेरा नाम लखवीर कोटली मैं विधायक आदमपुर साहब का बेटा सर की गल की हुई सर गल ये है कि जेड़ा दुखोआ फट गया जी वो थोड़ा तो उदी बन रहा पुल बन रहा करके है ना उदे च थोड़ी प्रॉब्लम है उतो सड़क थोड़ी टाइट है जी जितो कि साडा ये मुंडा गड्डी लेके जा रहा सी जिदे जिनू कुटिया मारे की नाम है उहदा उहदा ना अशोक है मेरे ख्याल आकाश मुंडे का ना आकाश है आकाश नू कुटिया दिनेश ढग का बेटा सी जिहड़ा पिछों हूटर मारिया सी उहने हूटर मारे पिछों जदों सड़क टैट होण करके उस तो रास्ता ना दिता गया तां गांह जाके पहला तां उहदी गड्डी दे विच गड्डी मारी दूसरे नंबर ते उह आप उतरिया उहनू कुटिया मुट के उहनू बुरा हाल कीता उहदे पिछे लाशां पईआं फिर उहने अपने फादर दिनेश ढग नू सद्या उत्ते सद के उहनू उहनां ने बौंसरां तक बौंसरां ने भी कुटिया सारिआं ने कुटिया जदों असीं ਉਹਨੂੰ ਕੁੱਟਿਆ ਉਸ ਤੋਂ ਬਾਅਦ ਜਦੋਂ ਉਸ ਮੁੰਡੇ ਨਾਲ ਸਾਡੀ ਗੱਲ ਹੁਣ ਕਰਨੀ ਚਾਹੀਦੀ ਅਸੀਂ ਉਹਦੇ ਨਾਲ ਸਾਡਾ ਸੰਪਰਕ ਨਹੀਂ ਹੋਇਆ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਥਾਣੇ ਦੇ ਵਿੱਚ ਬੰਦ ਹੈ ਉਹਦੇ ਕੋਲ ਐਸ ਐਚ ਓ ਦੇ ਸਾਹਮਣੇ ਵੀ ਉਹਨੂੰ ਕੁੱਟਿਆ ਠੀਕ ਆ ਉਸ ਤੋਂ ਬਾਅਦ ਜਦੋਂ ਅਸੀਂ ਥਾਣੇ ਪਹੁੰਚੇ ਤੇ ਅਸੀਂ ਆਪਣੇ ਮੁੰਡੇ ਦਾ ਮੈਡੀਕਲ ਕਰਾਉਣ ਦੇ ਲਈ ਉਹਨਾਂ ਨੂੰ ਕਿਹਾ ਸਾਨੂੰ ਮੁੰਡਾ ਦਿਓ ਠੀਕ ਆ ਜੀ ਅਸੀਂ ਮੁੰਡਾ ਲੈ ਆਏ ਉਹਨਾਂ ਦੇ ਨਾਲ ਉਹਨਾਂ ਦੀ ਅਸੀਂ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਆਏ ਡਾਕਟਰ ਨੇ ਸਾਡੇ ਨਾਲ ਉਹ ਬਦਤਮੀਜ਼ੀ ਕੀਤੀ डॉक्टर ने यह कहा कि जो इन्होंने कहा लाते सट लगी है पेशेंट ने कहा खड़े हो पेशेंट ने खड़े नहीं एक घंटे बाद गल करांगे डॉक्टर ने कहा खड़े हो पेशेंट खड़ा नहीं होया उस तो इन्होंने हंगामा करना शुरू कर दिया डॉक्टर साहब कहते कि तुम अद्धा पौना घंटा बाहर बैठो फिर मैं देखूंगा मेरे को और भी मरीज आ साडा मरीज तड़प रहा है उहदे कोल ऑर्थ नहीं हो रहा मेरा ख्याल उहदे लक च भी फ्रैक्चर आ गया होना उहनू इन्ना कुटिया आया ठीक है जी की लगता की जरा झगड़ा है सिर्फ रस्ता ना देने करके होया कोई पुरानी रंजिश हकार है उन्होंने अंदर जनून कोई आम आदमी पार्टी का इदा का जनून बोल रहा है कि तुम सारे पासे धक्का करो ਜਿਹੜਾ ਤੁਹਾਡੇ ਮੋਹਰੇ ਆਉਂਦਾ ਉਹਨੂੰ ਕੁੱਟੋ ਉਹਨੂੰ ਛਿੱਤਰ ਮਾਰੋ ਉਹਨੂੰ ਡਾਂਗਾ ਗੋਲੀਆਂ ਤੱਕ ਵੀ ਚਲਾ ਦਿਓ ਕੋਈ ਗੱਲ ਨਹੀਂ ਉਹ ਕਹਿੰਦੇ ਅਸੀਂ ਬੈਠੇ ਸਰਕਾਰ ਬਣਨ ਤੋਂ ਬਾਅਦ ਤੇ ਸੀਐਮ ਨੇ ਕਿਹਾ ਸੀ ਆਮ ਪਬਲਿਕ ਦੀ ਸਰਕਾਰ ਔਰ ਇਹ ਲੱਗ ਕੇ ਜਾ ਰਹੇ ਨੇ ਆਮ ਜਨਤਾ ਮੇਰਾ ਖਿਆਲ ਸੀਐਮ ਵੀ ਇਹੀ ਸੇਜੀ ਆ ਵੀ ਤੁਸੀਂ ਕੁੱਟੋ ਕੋਈ ਗੱਲ ਨਹੀਂ ਜੇ ਕੋਈ ਅਸਲਾ ਉਸਲਾ ਚਾਹੀਦਾ ਅਸੀਂ ਦਿਵਾਨੇ ਆ ਕੋਈ ਗੱਲ ਨਹੀਂ ਇੱਕ ਆਰੋਪ ਜਿਹੜੇ ਆ ਪੁਲਿਸ ਦੇ ਉੱਤੇ ਵੀ ਲੱਗ ਰਹੇ ਆ ਕਿ ਆਕਾਸ਼ ਨੂੰ ਥਾਣੇ ਲੈ ਜਾ ਕੇ ਜਿਹੜਾ ਆ ਕਿ ਮਾਰਿਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਘਟਨਾ ਆ ਸਾਰੀ ਹਾਂਜੀ ਬਿਲਕੁਲ ਇਹ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਕੁੱਟਿਆ ਜਿਨ੍ਹਾਂ ਦੇ ਮੋਹਰੇ ਵੀ ਕੁੱਟਿਆ ਦਿਨੇਸ਼ ਢਾਲ ਨੇ ਥਾਣੇ ਦੇ ਵਿੱਚ ਇਹ ਵੀ ਜਾ ਕੇ ਕਿਹਾ ਮੇਰਾ ਕੰਮ ਹੋ ਗਿਆ ਤੁਸੀਂ ਆਪਣਾ ਕਰੋ ਅਗਲੀ ਰਣਨੀਤੀ ਕੀ ਹੋਏਗੀ ਸਰ ਤੇ ਥਾਣੇ ਦੇ ਵਿੱਚੋਂ ਜਦੋਂ ਤੁਸੀਂ ਮੁੰਡੇ ਜਦੋਂ ਥਾਣੇ ਦੇ ਵਿੱਚੋਂ ਤੁਸੀਂ ਮੁੰਡੇ ਨੂੰ ਲੈ ਕੇ ਆਏ ਹੋ ਆਕਾਸ਼ ਨੂੰ ਕੀ ਹਾਲਾਤ ਸੀਗੇ ਉਹਦੇ ਤੇ ਫਿਰ ਉਸ ਤੋਂ ਬਾਅਦ ਕੀ ਤੁਸੀਂ ਦੇਖ ਲਿਆ ਮੇਰਾ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਾਰਿਆਂ ਨੇ ਦੇਖ ਲਿਆ ਸਰ ਅਗਲੀ ਰਣਨੀਤੀ ਕੀ ਹੈ ਤੁਹਾਡੀ ਅਗਲੀ ਰਣਨੀਤੀ ਮੇਰਾ ਖਿਆਲ ਹੈ ਕਿ ਅਸੀਂ ਇਲਾਜ ਹੋਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਚੱਲੇ ਆ ਅਗਲੀ ਰਣਨੀਤੀ ਸੀਪੀ ਨੂੰ ਕਿ ਸੀਪੀ ਦਫ਼ਤਰ ਦੇ ਬਾਹਰ ਘਰਾਓ ਕਰਨ ਦੀ ਹੋਵੇਗੀ ਜੇਕਰ ਸਾਡੀ ਨਾ ਸਰ ਮੈਂ ਦਿਨੇਸ਼ ਢਾਲ ਜਲੰਧਰ ਤੋਂ ਅੱਜ ਕੋਈ 8:30-9 ਵਜੇ ਦੇ ਕਰੀਬ ਮੇਰਾ ਬੇਟਾ ਅਤੇ ਮੇਰੀਆਂ ਬੇਟੀਆਂ ਜਿਹੜੀਆਂ ਉਹ ਜਾ ਰਹੇ ਸੀਗੇ ਅਤੇ ਕਿਸੇ ਦਾ ਪਿੱਛੋਂ ਹੂਟਰ ਵੱਜਾ ਅਤੇ ਹੂਟਰ ਵੱਜਣ ਤੋਂ ਬਾਅਦ ਦੋ ਲੜਕੇ ਜਿਹੜੇ ਆਪਣਾ ਕਾਰ ਦੇ ਵਿੱਚ ਸੀਗੇ ਉਹਨਾਂ ਨੇ ਮੇਰੇ ਬੇਟਾ ਅਤੇ ਬੇਟੀਆਂ ਜਿਹੜੀ ਗੱਡੀ ਜਾ ਰਹੇ ਸੀਗੇ ਉਹਨਾਂ ਦੀ ਕਾਰ ਦੇ ਅੱਗੇ ਕਾਰ ਰੋਕ ਕੇ ਉਹਨਾਂ ਨੂੰ ਕਿਹਾ ਬਾਹਰ ਆਓ ਉਹ ਕਹਿੰਦੇ ਦੱਸੋ ਅੰਕਲ ਕੀ ਗੱਲ ਹੈ ਕਹਿੰਦੇ ਜੀ ਤੁਸੀਂ ਹੂਟਰ ਮਾਰ ਰਹੇ ਹੋ ਕਹਿੰਦੇ ਅਸੀਂ ਤਾਂ ਕੋਈ ਹੂਟਰ ਨਹੀਂ ਮਾਰਿਆ ਹੂਟਰ ਪਿੱਛੋਂ ਵੱਜਿਆ ਸਾਡੀ ਗੱਡੀ 'ਚ ਹੂਟਰ ਨਹੀਂ ਲੱਗਾ ਅਤੇ ਉਹ ਲੜਕੇ ਜਿਹੜੇ ਮਿਸਬਿਹੇਵ ਕਰਨ ਲੱਗੇ ਕਹਿੰਦੇ ਤੁਸੀਂ ਬਾਹਰ ਆਓ ਆਪਣੇ ਕਾਗਜ਼ ਦਿਖਾਓ ਕਹਿੰਦੇ ਕਾਗਜ਼ ਤੁਸੀਂ ਪੁਲਿਸ ਵਾਲੇ ਕਹਿੰਦੇ ਹਾਂ ਅਸੀਂ ਸੀਏ ਸਟਾਫ ਤੋਂ ਸੀਏ ਸਟਾਫ ਤੋਂ ਹਾਂ ਮੈਂ ਕਹਿੰਦੇ ਉਹਨਾਂ ਨੇ ਮਿਸਬਿਹੇਵ ਸ਼ੁਰੂ ਕਰਤਾ
ਤੇ ਉਹਨਾਂ ਨੇ ਮਿਸਵੇ ਕਰਨਾ ਸ਼ੁਰੂ ਕਰਤਾ, ਮਾਰਪਿੱਟ ਵੀ ਕੀਤੀ, ਕੱਪੜੇ ਕੁਪੜੇ ਪਾੜੇ ਅਤੇ ਉਸ ਤੋਂ ਬਾਅਦ ਪੁਲਿਸ ਉੱਥੇ ਆਈ। ਪੁਲਿਸ ਆ ਕੇ ਉਹਨਾਂ ਸਾਰੇ ਲੋਕ ਵੀ ਉੱਥੇ ਇਕੱਠੇ ਹੋ ਗਏ ਕਾਫੀ, ਅਤੇ ਉਹਨਾਂ ਨੇ ਪੁਲਿਸ ਕੋਲ ਪਕੜਾਇਆ। ਪੁਲਿਸ ਉਹਨਾਂ ਥਾਣੇ ਲੈ ਕੇ ਆਈ, ਉਹਨਾਂ ਦੀ ਜੇਬ 'ਚ ਪੇਪਰ ਸਪਰੇ ਵੀ ਲੱਭਾ, ਜਿਹੜਾ ਮੇਰੇ ਬੇਟੇ ਦੇ ਉੱਤੇ ਵੀ ਬੇਟੇ ਬੇਟੀਆਂ ਦੇ ਉੱਤੇ ਪੇਪਰ ਸਪਰੇ ਵੀ ਜਿਹੜਾ ਮਾਰਿਆ ਗਿਆ ਮੂੰਹ ਅੱਖਾਂ ਦੇ ਉੱਤੇ। ਅਤੇ ਉਸ ਤੋਂ ਬਾਅਦ 10 ਵਜੇ ਦੇ ਕਰੀਬ ਆਪਾਂ ਉੱਥੋਂ ਫ੍ਰੀ ਹੋ ਕੇ ਥਾਣੇ ਉੱਥੋਂ ਜਾ ਕੇ ਆਪਣੀ ਕੰਪਲੇਂਟ ਦੇ ਕੇ ਥਾਣੇ, ਉਸ ਤੋਂ ਬਾਅਦ 10 ਵਜੇ ਅਸੀਂ ਹੋਸਪਿਟਲ ਦੇ ਵਿੱਚ ਵੀ ਜਿਹੜੀ ਆਪਾਂ MLR ਕਰਾਈ ਆ ਅਤੇ MLR ਕਰਾਈ, ਉਸ ਤੋਂ ਬਾਅਦ ਅਸੀਂ MLR ਕਰਾ ਕੇ ਆ ਗਏ ਹਾਂ। ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਵੀ ਕੁਛ ਜਿਹੜੇ ਕਾਂਗਰਸੀ ਨੇਤਾ ਨੇ ਉਹ ਕੁਛ ਹੋਰ ਹੀ ਰੰਗਤ ਇਹਨੂੰ ਦੇ ਰਹੇ ਨੇ, ਅਤੇ ਇਹ ਬਹੁਤ ਹੀ ਗਲਤ ਗੱਲ ਹੈ। ਕੱਲ੍ਹ ਨੂੰ ਮੈਂ ਕਹਿੰਦਾ ਵੀ ਇਹਨਾਂ ਲੋਕਾਂ ਦੇ ਨਾਲ ਆਪਾਂ ਨੂੰ ਸਮਾਚ ਦਿੰਦੇ ਹਾਂ, ਪਰਿਵਾਰ ਦੇ ਨਾਲ ਨਿਕਲਣਾ ਜਿਹੜਾ ਬਹੁਤ ਮੁਸ਼ਕਲ ਹੋ ਜਾਏਗਾ ਜੇ ਇੱਦਾਂ ਦੇ ਜਿਹੜੇ ਗਲਤ ਲੋਕ ਨੇ, ਗਲਤ ਅਨਸਰ ਨੇ ਜਿਹੜੇ, ਉਹਨਾਂ ਦੀ ਜੇ ਆਪਾਂ ਮਦਦ ਕਰਾਂਗੇ ਵੀ ਇੱਦਾਂ ਪੋਲੀਟੀਕਲ ਬੰਦੇ ਆ ਕੇ, ਅਤੇ ਇਹਨਾਂ ਲੋਕਾਂ ਦਾ ਹੌਸਲਾ ਵਧੇਗਾ ਅਤੇ ਪਰਿਵਾਰ ਜਿਹੜਾ ਸੀ ਪਰਿਵਾਰ ਦੇ ਨਾਲ ਕਿਤੇ ਜਾ ਨਹੀਂ ਸਕਦੇ, ਪਰਿਵਾਰ ਦੇ ਬੱਚੇ ਜਾਂ ਕੋਈ ਵੀ ਇੱਦਾਂ ਇਕੱਲੇ ਨਹੀਂ ਜਾ ਸਕਦੇ। ਅਤੇ ਮੈਂ ਸਾਰੇ ਜਿਹੜੇ ਮੀਡੀਆ ਹੈਗਾ ਮੈਂ ਉਹਨਾਂ ਨੂੰ ਵੀ ਅਤੇ ਜਿਹੜੇ ਪੋਲੀਟੀਕਲ ਬੰਦੇ ਵੀ ਇਸ ਚੀਜ਼ ਨੂੰ ਕੋਈ ਆਪਣੀ ਰਾਜਨੀਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਮੈਂ ਉਹਨਾਂ ਨੂੰ ਕਹਿ ਰਿਹਾ ਵੀ ਹਰ ਇੱਕ ਚੀਜ਼ ਦਾ ਪਰੂਫ ਹੈ, ਹਰ ਇਸ ਚੀਜ਼ ਔਨ ਰਿਕਾਰਡ ਹੈ, ਜਿਹੜੀ ਵੀ ਕੋਈ ਗੱਲ ਕਰੇ, ਜਿਹੜੀ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੇ, ਉਹ ਸੋਰਸ ਬੇਕ ਕਰੇ ਤਾਂ ਕਿ ਇਹਦੇ ਸੱਚਾਈ ਜਿਹੜੀ ਸਾਹਮਣੇ ਆਵੇ। ਮੈਂ ਤਾਂ ਬਿਲਕੁਲ ਇਹਨਾਂ ਦੇ ਸਾਹਮਣੇ ਬਹਿ ਕੇ ਗੱਲ ਕਰਨ ਨੂੰ ਤਿਆਰ, ਇਹ ਸਾਹਮਣੇ ਆ ਕੇ ਗੱਲ ਕਰਨ ਦਾ ਜਵਾਬ ਦੇ ਦੇਣ। ਮੈਂ ਇੰਨਾ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਡਾਕਟਰ ਗਗਨਪ੍ਰੀਤ। ਇੱਕ ਨਾ ਪੇਸ਼ੈਂਟ ਆਇਆ ਤੁਹਾਡੇ ਕੋਲ, ਉਹਨੇ ਐਲੀਗੇਸ਼ਨ ਲਾਇਆ ਮੇਤੇ ਤੇ ਟ੍ਰੀਟਮੈਂਟ ਨਹੀਂ ਹੋਇਆ, ਉਸ ਤੋਂ ਬਾਅਦ 1.5 ਘੰਟਾ ਮੈਨੂੰ ਘੁਮਾਉਂਦੇ ਰਹੇ, ਕੀ ਸਰ ਕੀ ਦਿੱਕਤ? ਜਿਹੜਾ ਵੀ ਮਰੀਜ਼ ਹੈ ਉਹਦਾ ਨਾਂ ਕੰਫੀਡੈਂਸ਼ੀਅਲ ਰੱਖਾਂਗਾ ਮੈਂ, ਕਿਉਂਕਿ ਇਹ MLR ਹੈਗੀ ਹੈ, ਇਸ ਕਰਕੇ ਇਹਦਾ ਨਾਂ ਨਹੀਂ ਦੱਸਾਂਗਾ। ਪਰ ਇਹਦਾ ਜਿਹੜਾ ਮਰੀਜ਼ ਆਇਆ ਸੀਗਾ ਆਪਣੇ ਕੋਲ ਤਕਰੀਬਨ 11:08 ਤੇ ਪਰਚੀ ਬਣੀ ਹੈ ਉਹਦੀ, ਜਿਹੜਾ ਕਿ ਉਸ ਤੋਂ ਬਾਅਦ ਉਹਨੂੰ ਨਾਲ ਦੇ ਨਾਲ ਹੀ ਇੰਜੈਕਸ਼ਨ ਲਾਉਣ ਨੂੰ ਕਿਹਾ, ਇੰਜੈਕਸ਼ਨ ਉਹਨੇ ਲਵਾਇਆ ਹੈਗਾ। ਇੰਜੈਕਸ਼ਨ ਲਗਵਾਉਣ ਤੋਂ ਬਾਅਦ ਉਸਨੂੰ ਕਿਹਾ ਗਿਆ ਕਿ ਬਈ ਐਗਜ਼ਾਮਿਨ ਕਰਨਾ ਹੈ ਤੇ ਇਹਨੂੰ ਇੱਕ ਵਾਰੀ ਖੜਾ ਹੋਣਾ ਪਵੇਗਾ, ਜੇ ਦੇਖਣਾ ਪਵੇਗਾ ਕਿ ਸੱਟ ਲੱਤ ਤੇ ਲੱਗੀ ਆ ਕਿਤੇ ਲੱਗੀ ਆ। ਇਸ ਗੱਲ ਤੇ ਉਹਨਾਂ ਨੇ ਰੌਲਾ ਪਾ ਲਿਆ। ਮਰੀਜ਼ ਨੇ ਕਰੀਬਨ 15 ਮਿੰਟ ਦੇ ਵਿੱਚ ਹੀ ਉਹਦੇ ਇੰਜੈਕਸ਼ਨ ਲੱਗ ਕੇ ਉਹਦੀ ਐਗਜ਼ਾਮੀਨੇਸ਼ਨ ਸ਼ੁਰੂ ਹੋ ਗਈ ਸੀ। ਸਾਡੇ ਕੋਲ ਵੀਡੀਓ ਬਣੀ ਹੋਈ ਆ, ਜੇ ਕੋਈ ਉਹਦਾ ਪੁਲਿਸ ਵਾਲੇ ਆਣਗੇ ਉਹਨੂੰ ਦਿੱਤੀ ਜਾਵੇਗੀ। ਉਹਦੇ ਵਿੱਚ ਟਾਈਮ ਬਕਾਇਦਾ ਪਿਆ ਹੋਇਆ ਆ, 11:20 ਤੇ ਮਰੀਜ਼ ਮੇਰੇ ਕੋਲ ਅੰਦਰ ਸੀ, 11:15 ਉਹਨੇ ਪੂਰੇ 11:15 ਉਸਨੇ ਆਪਣੀ ਉਹ ਪਰਚੇ ਦੀ ਫੀਸ MLR ਦੀ ਫੀਸ ਜਮ੍ਹਾਂ ਕਰਾਈ ਹੈ। ਜਿੱਦਾਂ ਹੀ ਮਰੀਜ਼ ਸਾਡੇ ਕੋਲ 11:08 ਤੇ ਆਇਆ ਹੈਗਾ ਆ, ਆਉਂਦੇ ਹੀ ਉਹਦੇ ਆਪਾਂ ਇੰਜੈਕਸ਼ਨ ਲਗਾ ਦਿੱਤੇ, ਉਹਦੀ ਸਲਿੱਪ ਮੇਰੇ ਕੋਲ ਹੀ ਪਈ ਹੈ। ਆਉਂਦੇ ਹੀ ਉਹਦੇ ਇੰਜੈਕਸ਼ਨ ਲਗਾ ਦਿੱਤੇ ਹੈਗੇ ਨੇ, ਜਿਹੜਾ ਦਰਦ ਹੈ ਉਸਦੀ ਦਰਦ ਵੀ ਕੰਪਲੇਂਟ ਕਰਦਾ ਸੀ, ਦਰਦ ਦਾ ਇੰਜੈਕਸ਼ਨ ਲਗਾ ਦਿੱਤਾ ਗਿਆ ਤੇ ਟੈਟਰਸ ਦਾ ਇੰਜੈਕਸ਼ਨ ਲਗਾ ਦਿੱਤਾ ਗਿਆ। ਲੇਕਿਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਡਾਕਟਰ ਸਾਹਿਬ ਵੱਲੋਂ ਜਿਹੜਾ ਹੈ ਇਲਾਜ ਨਹੀਂ ਕੀਤਾ ਜਾ ਰਿਹਾ, ਇਹਨਾਂ ਤੇ ਕ੍ਰਿਟੀਕਲ ਪ੍ਰੈਸ਼ਰ ਹੈ। ਇਲਾਜ ਜਿਹੜਾ ਮਰੀਜ਼ ਦਾ ਇਹੀ ਹੁੰਦਾ ਹੈਗਾ ਆ ਕਿ ਬਈ ਇੰਜੈਕਸ਼ਨ ਲੱਗਣੇ ਆ, ਜਿਹੜਾ ਦਰਦ ਦਾ ਇੰਜੈਕਸ਼ਨ ਇਨੀਸ਼ੀਅਲੀ, ਕੋਈ ਇਹਦੇ ਆਹੀ ਦੇਖਣਾ ਹੁੰਦਾ ਹੈ ਕਿ ਕੋਈ ਇਹਦੇ ਸੱਟ ਕਿਤੇ ਲੱਤ ਤੇ ਨਹੀਂ ਹੈ, ਕੋਈ ਫ੍ਰੈਕਚਰ ਤਾਂ ਨਹੀਂ ਹੈ, ਇਸੇ ਗੱਲ ਕਰਕੇ ਉਹਨੂੰ ਹਿਲਾ ਕੇ। ਕਿਉਂਕਿ ਉਹਨਾਂ ਵੱਲੋਂ ਆਰੋਪ ਲਗਾਇਆ ਗਿਆ ਕਿ ਤੁਹਾਡੇ ਵਰਡਸ ਨੇ, ਤੁਸੀਂ ਆਪਣੇ ਮੂੰਹੋਂ ਇੰਨੀ ਗੱਲ ਕਹੀ ਹੈ ਕਿ ਮੇਰੇ ਉੱਤੇ ਪੋਲੀਟੀਕਲ ਪ੍ਰੈਸ਼ਰ ਹੈ, ਇਸ ਲਈ ਮੈਂ ਇੱਕ ਵਾਰੀ ਵੀ ਇਹ ਗੱਲ ਉਹਨਾਂ ਨੂੰ ਨਹੀਂ ਕਹੀ, ਨਾ ਹੀ ਮੇਰੇ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਹੈ। ਜੀ ਸਰ, ਅੰਦਰ ਹੰਗਾਮਾ ਵੀ ਹੋਇਆ ਬਈ? ਹਾਂ, ਅੰਦਰ ਉਹਨਾਂ ਦੇ ਨਾਲ ਕੋਈ 20-25 ਜਾਣੇ ਸੀਗੇ, ਜਦੋਂ ਸਾਸੀ ਪੁਲਿਸ ਵਾਲੇ ਆਪਣੇ ਬੁਲਾਏ ਆਪਣੀ ਚੌਂਕੀ ਵਾਲੇ, ਤਾਂ ਉਹਨਾਂ ਨਾਲ ਵੀ ਉਹਨਾਂ ਨੇ ਬਦਤਮੀਜ਼ੀ ਕੀਤੀ ਕਿ ਇੱਕ ਉਹਨਾਂ ਨੂੰ ਕਿਹਾ ਇੱਕ ਜਣਾ ਨਾਲ ਰੁਕਿਓ, ਇੱਕ ਜਣਾ ਰੁਕਣ ਨੂੰ ਵੀ ਨਹੀਂ ਤਿਆਰ ਹੈਗੇ। ਸਰ, ਜਿੱਦਾਂ ਤੁਸੀਂ ਕਹਿ ਰਹੇ ਅੰਦਰ ਉਹਨਾਂ ਨੇ ਹੰਗਾਮਾ ਕੀਤਾ, ਇਸ ਦੀ ਕੰਪਲੇਂਟ ਵੀ 4 ਨੰਬਰ ਦੋਗੇ? ਇਸ ਦੀ ਕੰਪਲੇਂਟ ਮੈਂ ਆਪਣੇ ਮੈਡੀਕਲ ਸੁਪਰੀਡੈਂਟ ਨੂੰ ਕਰਾਂਗਾ, ਅੱਗੇ ਉਹਨਾਂ ਨੇ ਜੋ ਕਰਨਾ ਹੈਗਾ ਉਹ ਅੱਗੇ ਕਰਾਂਗੇ। ਤੁਹਾਡੇ ਵੱਲੋਂ MLR ਕੱਢ ਦਿੱਤੀ ਗਈ? MLR ਉਹ ਐਗਜ਼ਾਮੀਨੇਸ਼ਨ ਹੀ ਨਹੀਂ ਮੇਰੇ ਤੋਂ ਕਰਵਾਈ ਉਸਨੇ, ਤੇ ਉਸਦੀ ਮੈਂ MLR ਕਿਵੇਂ ਕਰ ਸਕਦਾ? ਠੀਕ ਹੈ ਸਰ।